1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੇ ਵਿੱਚ ਮਰ ਗਏ ਸਿੱਖਾਂ ਦੇ ਪਰਿਵਾਰਾਂ ਦੁਆਰਾ ਅੱਜ ਅੰਮ੍ਰਿਤਸਰ ਵਿੱਚ ਸਥਿਤ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ ਗਏ ਅਤੇ ਉਸ ਤੋਂ ਬਾਅਦ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਅੱਜ 36 ਸਾਲਾਂ ਦੇ ਬਾਅਦ ਵੀ ਉਹਨਾਂ ਦੇ ਜ਼ਖਮ ਹਰੇ ਨੇ ਅਤੇ ਉਹਨਾਂ ਦੇ ਜ਼ਖਮਾਂ 'ਤੇ ਕਿਸੇ ਨੇ ਵੀ ਮਲਮ ਨਹੀਂ ਲਗਾਈ। ਉਹਨਾਂ ਦੇ ਨਾਮ 'ਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਪਰ ਉਹਨਾਂ ਨੂੰ ਇਨਸਾਫ ਕੋਸਾਂ ਦੂਰ ਲੱਗ ਰਿਹਾ ਹੈ। ਉਹਨਾਂ ਦਾ ਕਹਿਣਾ ਕਿ 1984 ਦੇ ਕਤਲੇਆਮ ਦੇ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਨੇ ਅਤੇ ਹਰ ਵਾਰ ਉਹਨਾਂ ਨੂੰ ਸਿਰਫ ਆਸ਼ਵਾਸਨ ਹੀ ਦਿੱਤਾ ਜਾਂਦਾ ਹੈ ਲੇਕਿਨ ਇਨਸਾਫ ਅਜੇ ਤੱਕ ਨਹੀਂ ਮਿਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ। ਇਹ 1984 ਦੇ ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੋ ਨੰਗਾ ਨਾਚ ਰਾਜੀਵ ਗਾਂਧੀ ਨੇ ਹਿੰਦੁਸਤਾਨ ਦੇ ਵਿੱਚ ਕਰਵਾਇਆ, ਜਦੋਂ ਉਹਦੀ ਮਾਂ ਮਰ ਗਈ, ਉਹ ਕਲਕੱਤੇ ਤੋਂ ਸ਼ਾਮੀ 5 ਵਜੇ ਦਿੱਲੀ ਆਇਆ। ਉਹਨੇ ਆਪਣੇ ਜਿਹੜੇ ਸਲਾਹਕਾਰ ਸਨ ਸੱਜਣ ਕੁਮਾਰ, ਜਗਦੀਸ਼ ਟੈਟਲਰ, ਕਮਲਨਾਥ, SKL ਭਗਤ ਅਤੇ ਕੁਝ ਪੁਲਿਸ ਦੇ ਵੱਡੇ ਅਫਸਰ ਸਨ, ਉਹਨੇ ਮੀਟਿੰਗ ਕਰਕੇ ਉਹਨਾਂ ਦੀ ਡਿਊਟੀਆਂ ਲਗਾਈਆਂ ਕਿ ਮੇਰੀ ਮਾਂ ਨੂੰ ਮਾਰਤਾ ਸਿੱਖਾਂ ਨੇ ਅਤੇ ਸਿੱਖ ਬਚਣੇ ਨਹੀਂ ਚਾਹੀਦੇ। ਉਹਨੇ ਮੀਡੀਆ ਨੂੰ ਬੁਲਾ ਕੇ ਨਾਅਰਾ ਦਿੱਤਾ, ਖੂਨ ਕਾ ਬਦਲਾ ਖੂਨ, ਜਬ ਕੋਈ ਬੜਾ ਪੇੜ ਗਿਰਤਾ ਧਰਤੀ ਹਿਲਤੀ ਹੈ। ਉਸ ਤੋਂ ਬਾਅਦ ਸ਼ਾਮ ਨੂੰ ਦਿੱਲੀ ਦੇ ਵਿੱਚ ਕਾਨਪੁਰ, ਬੁਖਾਰੋ, ਹਿੰਦੁਸਤਾਨ ਦੇ ਵੱਖ ਵੱਖ ਸ਼ਹਿਰਾਂ ਵਿੱਚ, ਦਿੱਲੀ ਦੇ ਵਿੱਚ ਇਹ ਕਤਲੇਆਮ ਸ਼ੁਰੂ ਹੋਇਆ। ਜਿਹੜੇ ਸਾਡੇ ਭਰਾ ਬੱਸਾਂ ਵਿੱਚ ਜਾ ਰਹੇ ਸਨ, ਜਿਹੜੇ ਟ੍ਰੇਨਾਂ ਵਿੱਚ ਜਾ ਰਹੇ ਸਨ, ਲੋਕਾਂ ਦੇ ਘਰੋਂ ਕਲਰੀਆਂ ਸ਼ੁਰੂ ਕਰਤੀਆਂ। ਜਿਹੜੇ ਦੁਕਾਨਦਾਰ ਸਨ ਉਹਨਾਂ ਨੂੰ ਫੜ ਫੜ ਕੇ ਗੱਲਾਂ ਵਿੱਚ ਟਾਇਰ ਪਾ ਕੇ ਜਿਉਂਦਿਆਂ ਮੂੰਹ 'ਚ ਪੈਟਰੋਲ ਪਾ ਕੇ ਉਹਨੂੰ ਅੱਗਾਂ ਲਾਈਆਂ ਗਈਆਂ। 10,000 ਸਿੱਖਾਂ ਦਾ ਕਤਲੇਆਮ ਹੋਇਆ। ਅੱਜ 36 ਸਾਲ ਹੋ ਗਏ ਨੇ, ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਸਾਡੀ ਸੁਸਾਇਟੀ 1984 ਸਿੱਖ ਕਤਲੇਆਮ ਪੀੜਤ ਸੁਸਾਇਟੀ ਜਿਹੜੀ ਹੈ, ਇਹ ਲਗਾਤਾਰ ਸੰਘਰਸ਼ ਕਰ ਰਹੀ ਹੈ। ਅਸੀਂ ਹਾਈ ਕੋਰਟਾਂ ਵਿੱਚ ਵੀ ਗਏ ਹਾਂ, ਸੁਪਰੀਮ ਕੋਰਟ ਵਿੱਚ ਸੰਘਰਸ਼ ਕਰ ਰਹੇ ਹਾਂ, ਪੰਜਾਬ ਵਿੱਚ ਵੀ ਸਾਡਾ ਸੰਘਰਸ਼ ਜਾਰੀ ਹੈ। ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦੇ ਹਾਂ, ਮੁੱਖ ਮੰਤਰੀ ਸਿੱਖ ਹੈਗਾ, ਉਹਨੂੰ ਘੱਟ ਤੋਂ ਘੱਟ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਅਸੈਂਬਲੀ ਦੇ ਵਿੱਚ 2 ਮਿੰਟ ਦਾ ਮੌਨ ਰੱਖ ਕੇ ਜਿਹੜੇ ਕਾਂਗਰਸੀ ਕਾਤਲ ਨੇ ਉਹਨਾਂ ਨੂੰ ਸਜ਼ਾਵਾਂ ਦੀ ਗੱਲ ਵਾਸਤੇ ਇੱਕ ਮਤਾ ਪਾਸ ਕਰਨਾ ਚਾਹੀਦਾ ਕਾਂਗਰਸ ਨੂੰ, ਕਿਉਂਕਿ ਇਹ ਸਾਰਾ ਕੁਝ ਕਾਂਗਰਸੀ ਨੇ ਹੀ ਕਰਾਇਆ। ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ, ਸੋਨੀਆ ਗਾਂਧੀ ਨੂੰ ਮਿਲ ਕੇ, ਕਮਲਨਾਥ ਨੂੰ ਅਤੇ ਜਗਦੀਸ਼ ਟੈਟਲਰ ਅਤੇ ਸੱਜਣ ਕੁਮਾਰ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਕਾਂਗਰਸ ਨੂੰ। ਜੇਕਰ ਕਾਂਗਰਸ ਦੀ ਨੀਅਤ ਸੱਚੀ ਹੈ, ਰਾਹੁਲ ਗਾਂਧੀ ਨੇ ਪਹਿਲਾਂ ਬਿਆਨ ਦਿੱਤਾ, ਡਾਕਟਰ ਮਨਮੋਹਨ ਸਿੰਘ ਨੇ ਬਿਆਨ ਦਿੱਤਾ ਕਿ ਇਹਦੇ ਕਾਂਗਰਸ ਦਾ ਕੋਈ ਹੱਥ ਨਹੀਂ। ਜਿਨ੍ਹਾਂ ਨੇ ਕਤਲੇਆਮ ਕਰਵਾਇਆ ਉਹਨਾਂ ਨੂੰ ਇਹਨਾਂ ਵਜ਼ੀਰਾਂ ਦਿੱਤੀਆਂ, ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ, ਉਹਨਾਂ ਨੂੰ MP ਬਣਾਇਆ, ਇਹ ਸਾਰੀ ਸਾਜ਼ਿਸ਼ ਜਿਹੜੀ ਹੈ ਇਹ ਰਾਜੀਵ ਗਾਂਧੀ ਨੇ ਰਚੀ ਸੀ। ਮੈਂ ਸਮਝਣਾ ਇਹਦੇ ਵਿੱਚ ਸੋਨੀਆ ਗਾਂਧੀ ਦਾ ਵੀ ਹੱਥ ਹੈ, ਕਿਉਂਕਿ ਉਹਦੀ ਪਤਨੀ ਸੀ ਰਾਜੀਵ ਗਾਂਧੀ ਦੀ। ਜਦੋਂ ਕੋਈ ਬੰਦਾ ਕੰਮ ਕਰਦਾ, ਉਹਦੀ ਪਤਨੀ ਨੂੰ ਪਰਿਵਾਰ ਨੂੰ ਜ਼ਰੂਰ ਪਤਾ ਹੁੰਦਾ ਕਿ ਮੇਰਾ ਬੰਦਾ ਕੀ ਕੰਮ ਕਰ ਰਿਹਾ। ਅਤੇ ਸਾਡੀ ਮੰਗ ਹੈ ਕਿ ਜਿਹੜੇ 1984 ਦੇ ਕਾਤਲ ਨੇ, ਜੋ ਵਾਅਦਾ ਕੀਤਾ ਸੀ ਨਰਿੰਦਰ ਮੋਦੀ ਜੀ ਨੇ ਕਿ ਮੇਰੀ ਸਰਕਾਰ ਬਣ ਗਈ, ਮੈਂ SAT ਬਣਾਵਾਂਗਾ, ਮੈਂ ਜਿਹੜੇ ਕਾਤਲ ਨੂੰ ਫੜ ਕੇ ਅੰਦਰ ਦਿਆਂਗਾ, ਲੇਕਿਨ BJP ਸਾਨੂੰ ਲਾਰੇ ਲਗਾ ਰਹੀ ਹੈ। ਇੱਕ ਸਿਰਫ ਮਗਰਪੰਛ ਜਿਹੜਾ ਵੱਡਾ ਸੀ ਸੱਜਣ ਕੁਮਾਰ, ਉਹ ਅੰਦਰ ਗਿਆ, ਬਾਕੀ ਦੇ ਜਿਹੜੇ ਨੇ ਬਾਹਰ ਜਿਹੜੇ ਨੇ ਐਸ਼ੋ ਆਰਾਮ ਦੇ ਨਾਲ ਜਿਹੜੇ ਨੇ ਇੱਦਾਂ ਤਰ੍ਹਾਂ ਦੇ ਫਿਰ ਰਹੇ ਨੇ। ਅਤੇ ਸਾਡੀ BJP ਤੋਂ ਮੰਗ ਹੈ, ਪ੍ਰਧਾਨ ਮੰਤਰੀ ਜੀ ਤੋਂ ਵੀ, ਕਿ ਜਿਹੜੇ ਦੋਸ਼ੀ ਨੇ 1984 ਕਾਤਲ, 36 ਸਾਲ ਦਾ ਸਮਾਂ ਬਹੁਤ ਸਮਾਂ ਲੰਘ ਗਿਆ, ਸਾਨੂੰ ਕੋਰਟਾਂ ਤੋਂ ਵੀ ਇਨਸਾਫ ਨਹੀਂ ਮਿਲਿਆ, ਇਹਨੂੰ ਸਜ਼ਾਵਾਂ ਦਿੱਤੀਆਂ ਜਾਣ। ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਹੈ ਕਿ ਜਿਹੜੇ ਪੰਜਾਬ ਵਿੱਚ ਤਕਰੀਬਨ 27,000 ਪਰਿਵਾਰ ਰਹਿ ਰਹੇ ਨੇ, ਇਹ ਸਾਰੇ ਪਰਿਵਾਰਾਂ ਦਾ ਮੁੜ ਵਸੇਬਾ ਕਰੇ, ਹਰ ਪਰਿਵਾਰ ਨੂੰ ਮਕਾਨ ਦੇਵੇ, ਸਾਡੇ ਬੱਚੇ ਬੇਰੁਜ਼ਗਾਰ ਨੇ ਰੁਜ਼ਗਾਰ ਦੇਣ, 5-5 ਲੱਖ ਦੀ ਗ੍ਰਾਂਟ ਲਗਾਉਣ ਸਾਰਿਆਂ ਨੂੰ ਦੇਵੇ ਦੇ, ਅਤੇ ਜਿੰਨੇ ਵੀ ਪੰਜਾਬ ਵਿੱਚ ਸਾਡੇ ਪਰਿਵਾਰ ਬੈਠੇ ਸਾਰਿਆਂ ਦਾ ਮੁੜ ਵਸੇਬਾ ਜਿਹੜਾ ਆਉਣਾ ਚਾਹੀਦਾ, ਸਾਡੀ ਇਹ ਅੱਜ ਦੀ ਜਿਹੜੀ ਮੰਗ ਹੈ। 3 ਵਾਰ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਰਹੀ ਹੈ, ਅਕਾਲੀ ਦਲ ਦੀ ਸਦੀ ਵੀ ਵਿਧਾਨ ਸਭਾ ਦੇ ਵਿੱਚ ਇਸ ਮਾਮਲੇ ਨੂੰ ਡਿਸਕਸ ਨਹੀਂ ਕੀਤਾ, ਨਾ ਮੋੜ ਵਸੇਬੇ ਦੀ ਕੋਈ, ਮੋੜ ਵਸੇਬੇ ਦੀ ਥੋੜ੍ਹੀ ਤਕਰੀਬਨ 15% ਦੇ ਨੇੜੇ ਤੇੜੇ ਅਕਾਲੀ BJP ਨੇ, ਅਕਾਲੀ ਦਲ ਨੇ ਮਕਾਨ ਦਿੱਤੇ ਨੇ, ਸਾਨੂੰ ਲੁਧਿਆਣੇ ਪੰਜਾਬ ਵਿੱਚ ਦਿੱਤੇ ਨੇ, ਸਾਰੇ ਪੰਜਾਬ ਦਿੱਤੇ ਨੇ। ਇਹ ਅਕਾਲੀ ਦਲ ਦੀ ਡਿਊਟੀ ਬੰਦੀ ਸੀ ਕਿ ਇਹਨੂੰ ਮਤਾ ਲੈਣਾ ਚਾਹੀਦਾ ਸੀ, ਲੇਕਿਨ ਚਲੋ ਉਹਦੀ ਮਤਾ ਲੈ ਕੇ ਆਏ, ਨਹੀਂ ਕਰਨੀ ਕਰਨਾ ਚਾਹੀਦਾ ਸੀ ਉਹਨਾਂ ਨੂੰ, ਚਲੋ ਫਿਰ ਵੀ ਉਹ ਸਾਡੇ ਇਸ ਲੜਾਈ ਸਾਡੀ ਲੜ ਰਹੇ, ਅਕਾਲੀ ਦਲ ਲੜ ਰਿਹਾ, ਸਾਨੂੰ ਵਕੀਲ ਦਿੰਦੇ ਨੇ, ਮੁਹੱਈਆ ਕਰਾ ਰਹੇ ਨੇ, ਹਾਈਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ, ਅਕਾਲੀ ਦਲ ਸਾਰੀ ਮਦਦ ਕਰ ਰਿਹਾ। ਅਕਾਲੀ ਦਲ ਨੇ ਸਾਨੂੰ 6-7 ਹਜ਼ਾਰ ਮਕਾਨ ਵੀ ਦਿੱਤੇ ਨੇ ਪੰਜਾਬ ਵਿੱਚ ਦਿੱਤੇ ਨੇ, ਸਾਨੂੰ
बेनीफिट दिते ने अकाली दल ने, तरीक नहीं दिते। अकाली दल साडी सारी मदद करता, एस सी पी सी मदद कर रही है, जिन्हें भी वकील होंगे एस सी पी सी साडी मदद करती है, सारे करते पैना। हुण रौला तो कांग्रेस नाल है, हुण अमरिंदर सिंह की करता, हुण अमरिंदर सिंह दो तीन ते इमामत है गया, असी सीटां दे कोल विधानसभा दे मत लै वे उहदे लग जाएगा पता सच्चा कौन झूठा कौन है। सुरजीत सिंह जी, अज तक इंसाफ नहीं मिल सकया, इहदे पिछे जिम्मेवार कौन है? इहदे पिछे जिम्मेवार सरकारां ही ने, भावें बीजेपी की सरकार है भावें कांग्रेस सरकार है। 10 साल डॉक्टर मनमोहन सिंह भी प्राइम मिनिस्टर है, 14 कमीशन बनाए गए, कमिश्नर की भी जी रिपोर्टा है ठंडे पसे च ना पाती, गल कोई बात कोई गलबात नहीं बनी। हूँ भी इंसाफ की उड़ीक है, जदों तक साढ़े सामने साह है जानो जान है, असं ये लड़ाई जारी रखा, तो जोड़े कातल ने उन्होंने सजाव दवावे। अज श्रद्धांजलि उन्होंने जी विछड़िया रूह सन साड़िया, जोड़ा 10,000 सिखा का कतलेआम होया उन्होंने श्रद्धांजलि दी गई, तो अखंड पाठ साहब जी भोग पे ने, तो सारी संगत इकट्ठे हुई है। अज का प्रोग्राम सारा अभी कीर्तन हो रहे हैं, समागम हो रहे हैं, रागी जत्थे ने जी कीर्तन किया अब समागम। महाराज की नाम है ਤੁਹਾਡਾ? ਮੇਰਾ ਸੁਰਜੀਤ ਕੌਰ। ਅੱਛਾ ਮਾਤਾ ਜੀ, ਅੱਜ ਤੁਸੀਂ ਇੱਥੇ ਆਏ ਹੋ, ਕੀ ਪ੍ਰੋਗਰਾਮ ਤੇ ਲਿਖਿਆ ਹੈ? 84 ਦੇ ਦੰਗੇ ਪਾਟ ਜਿਹੜਾ ਸ਼ਹੀਦ ਹੋਏ ਨੇ ਉਹਨਾਂ ਦੇ ਪਾਠ ਰਖਾਏ ਨੇ, ਜਿਨ੍ਹਾਂ ਨੂੰ ਮਾਰਿਆ ਗਿਆ ਉਹਦੇ ਸਬੰਧ ਹੈ। ਤੁਹਾਡੇ ਪਰਿਵਾਰ ਦੇ ਵਿੱਚੋਂ ਕਿਹਨਾਂ ਨੂੰ ਮਾਰਿਆ ਗਿਆ ਸੀਗਾ? ਸਾਡੇ ਪਰਿਵਾਰ 'ਚ ਮੇਰੇ ਆਦਮੀ ਨੂੰ ਖੁਦ ਮਰੇ ਨੇ, ਤੇ ਹੋਰ ਵੀ ਮਤਲਬ ਮੇਰੇ ਘਰ ਦੇ ਦੇਵਰ ਜੇਠ ਸਾਹਿਬ ਇੱਕ ਨਹੀਂ ਹੋਏ ਨੇ, ਸਭ ਨੁਕਸਾਨ ਹੋਇਆ, ਕਾਨਪੁਰ ਰਹਿੰਦੇ ਰਹੇ ਸਾਰੇ, ਅਤੇ ਮੈਂ ਤਾਂ ਉੱਥੇ ਰਹੀ ਹਾਂ। ਹਾਂਜੀ इल्जाम लगांदे पए ने कि तुसी हुण बनवाया, उन्होंने तैयार उन्होंने किया, मैं की कर सकनी हूं? मेरे कोल अंगूठा लवा के लै के, मैं तो अनपढ़ सी। इन्हां सारियां चीजां दा जिम्मेवार कौन है जी? हले तक तुहानूं इंसाफ नहीं मिलिया, की कहना चाहते हो? छत्तीस साल हो गए, पर आज दिन तक जेड़े साढ़े जख्म है वह उंजी हरे है, साढ़े जख्म रिस रहे हैं, पर इन्हां ते मरम लगाण वाला कोई नहीं है। वक्त वक्त जेड़ियां सरकारां ने भी आईयां, जेड़ियां सरकारां भी आईयां, इन्हां ने 84 दे नाम ते रोटियां सेकियां, पर 84 वालियां दा ना ते मुड़ बसेवा करवाया, ते ना 84 दे कातलां नूं सजावां दवाईयां। साढ़े पूरे पंजाब दे विच जितने भी दंग 1984 दे पीड़ित परिवार हैगे, उन्हां पीड़ित परिवारां नूं आई दिन तक ना ते किसी नूं कोई मकान मिलिया, ना कारोबार लई कुछ मिलिया। एक 2-2 लाख रुपये की ग्रांट जिहड़ी मनमोहन सिंह ने जारी की, वह भी सानूं जलील करके दित्ती गई। इहो ग्रांट जेकर सानू जदों साडा उजाड़ा करवाया सी कांग्रसियां ने, तो सानू उदों जे नाल दे नाल ही इह ग्रांट दित्ती गई होंदी, साडे जिहड़े लोग सन उह वैल सैटल होंदे। पर सानू इन्हां लोकां ने जलील करन तो बिना होर कुछ भी नहीं कीता, चाहे वह किहड़ी भी सरकार आई आ। सरदार प्रकाश सिंह बादल ने कोई सानू 10% लोग जिहड़े हैगे जिन्हां दा मुड़ बसेवा करन लई उन्हां नूं मकान मुहैया करवाए, वह मकान भी उह हैगे, मैं प्रेस दे सामने बिल खुले आम कहना चाहनी हाँ, जिन्हां ते असीं कब्जे कीते सन। असी हाई कोर्टा में चले गए कि सानू ये मकान अलाट किए जवन, तो अकाली दल की सरकार सी सरदार प्रकाश सिंह बादल ने नरम दिल्ली दिखा के वह मकान सानू अलाट किए। पूरे पंजाब दे विच हजारां परिवार साढ़े बैठे जिन्हां दे रेड कार्ड बने हुए हैं, पर उन्हां लोकां नू आई दिन तक किसी एक पैसे की भी कोई जिहड़ी मदद हैगी नहीं मिली सरकारां वल्लों। ये बड़ी शर्म की गल आ। मैं अज उन्हां सरकारां नू लानतां पानी हाँ, मैं मोदी सरकार नू ये कहना चाहनी हाँ कि तेरी दिल्ली दे विच हिंदुस्तान की राजधानी दे विच साढ़े 700 परिवारां दी एक विधवा कलोनी बनी आ, बड़े शौक दे नाल तुसीं सारे कहिंदे हो विडो कलोनी, वह जिहड़ियां विधवा हैगियां उन्हां दी आत्मा नू जाके पुछो, उन्हां दे जख्मां नू जाके देखो कि वह अज भी रो रही हैं, उस हालात नू देख के रो रही हैं। उस तो बाद उन्हां दे बच्चे पढ़ लिख नहीं सके, बच्चियां नू कोई कारोबार नहीं मिलिया। पूरे पंजाब दे विच आई साढ़े बच्चे कितने कोई आटो चला रहे, कोई रक्षा चला रहे, कोई फड़ी लगा रहे, कि असी पिछों इहो कोई सीगे? साढ़े कोल लखां दियां प्रॉपर्टियां सन, असी कोठियां छड़ के आए, कारोबार साढ़े फना तबाह कर दिते गए, साडियां जानां गवाईयां साढ़े 2-2, 4-4 घरां दे जी मारे गए। असी इन्हां हालातों का सामना करके जे पंजाब विच आए, ये सरकारां दा फर्ज बनता सी कि जदों असी उजड़ के आए असी कोई शोक नाल नहीं सी आए, उन्हां सरकारां दा फर्ज बनता सी सब तो पहले उन्हां लोकां दा मुड़ बसेवा करना।
उस तो बाद जो कातल उन्होंने सजावं दवाया पर जो इलैक्शन आदियाँ सारिया सरकार चौरासी याद आ जाता उस तो अगे पिछे की कोई गल नहीं आई साढ़े किसी ने आके जख्म से कोई मरहम लगाई होनू भी किसी ने पूछा हो रोटी खाधी थोड़े बच्चे पढ़े वेले की हैगा की नहीं ये किसी का कोई फर्ज नहीं आ सिर्फ तो सिर्फ इलैक्शन भी जो चौरासी है ये याद आता ना सानू कोर्टा तो कोई राहत मिली ना सरकार वालों मिली अज असी अपने उस गुरु साहब का वोट आसरा लेने वास्ते इतने अखंड पाठ साहब रखवाए असी हर साल चौरासी की यह बरसी जी शहीदों याद करते हैं ये हर साल करते हैं पर असी लुधियाने के करते हैं पूरा पंजाब उत्थे इकट्ठा होता पर अज असी यह तहिया किया असी इतने गुरु साहब की ओट आसरा लैके इतने अरदास करांगे सच्चे पातशाह जेडे साडे कातल हैं उन्होंने जल्दी तो जल्दी सजावं दवाओ तो साढ़े जेडे लोग बेचारे उजड़े हुए आए हैं जेडे अज भी दर दर दियां ठोकरां खा रहे हैं उन्होंने तुसी सहारा दे के तो उन्होंने इतने रहन का जेड़ा है जरिया उन्होंने डिमांड की है डिमांड साड़ी सब तो पहली डिमांड हैगी आ कि कैप्टन सरकार नूं मैं कहना चाहनी हाँ कि तुसी एक सिख होण दे नाते जे तुसी कहंदे हो कि मैं अरमिंदर सिंह हैगा जे सिंह लगांदे हो अपने नाम दे नाल फिर सिख होण दे नाते तुसी सब तो पहले पंजाब भवन दे विच तुसी एक कैबिनेट दे विच एक मता पास करके दो मिनट का मौन रख के साडे उन्हां शहीदां नूं याद करो शरधांजलि दो उस तो बाद जिहड़े साडे कातल हैगे साडे नाल मिल के सेंटर दे भी जाके कोर्टा दे भी जाके साड़ी मदद करके उन्हें चौरासी के कातलों सजावं दवाओ जेड़े साडे मसले हैगे पहले अकाली सरकार ने पास किए हुए और लागू किए जान तुरंत एक साडे कोई एक बहुत ही वड्डी साडी बदकिस्मती जिन्हों कह लो साडे जेड़े रैड कार्ड बने सन इत्थे चौरासी विच उजड़ के लोग अलग अलग सूबे तो आए सन उन्हां दे रैड कार्ड बने सन ये रैड कार्ड एक शनाख्ती कार्ड आ कि असी उत्थों दी उजड़ के इत्थे आए वह शनाख्ती कार्ड 165 कार्ड जिहड़ा कैप्टन सरकार ने रद्द कर दिता उन्हां लोकां ते परचे करन दी कोशिश हो रही है इत्थे एक माता बैठी आ मेरे नाल 90 साल दी हैगी आ उहदे ते परचा कीता होया वह असी पता नहीं किवें करके वह परचे रोके होए न बड़े अपनी असी जोर जबरदस्ती दे नाल वह परचे रोके होए न जे साढ़े 90-90 साल दियां बजुर्गां ते परचे होणगे असी अपनी जान ते खेड़ जावांगे असी मर जावांगे पर असी अपने बजुर्गां नूं हाथ नहीं लाण देवांगे मैं कैप्टन नूं अज चैलेंज करदी हां कि कैप्टन साहब जेडे ये परचे करवाण दी तुसी सिफारिश कीती आ तुरंत इहनूं वापस करो जेडे कार्ड तुसी रद्द कीते ने इहनां नूं तुरंत बहाल कीता जावे ये नहीं कि कोई कांग्रसी एजेंट चार उठणगे ते उह जा के कहणगे जी कार्ड गलत बणगे सरकारां ने कार्ड बणाए सरकारां ने एप्लीकेशनां लईआं सरकारां ने सब कुछ किया सरकार जिम्मेवार जे साडे कार्ड गलत नहीं हैं जे फिर भी तुसी कहंदे हो अपने उन्हें चार चमचियां दे कहे ते कि वह गलत हैगे एजेंटां दे कहे ते कहंदे हो गलत हैगे सब तो पहले जिन्हां अफसरां ने ये इनक्वायरियां कीतियां कार्ड बढ़ाए कार्ड इशू किए डीसी तो लैके नीचे पटवारी तक सब नूं सस्पेंड करो उन्हां दियां तनखावां विचों पैसे कटो ते इन्हां गरीबां नूं तंग करन दी कोशिश ना करियो नहीं तो असी कैप्टन सरकार दी इट नाल इट वजावांगे और असी इस चीज़ तो हुण पिछे कदी इह मेरी माता खड़ी आ इह 90 साल दी माता इह लुट्टी पुट्टी आई है कित्थों हुण उह 2 लाख रुपया वापस करे ए तुसी मीडिया वाले ही साडी मदद कर सकदे हो तुसी सब कुछ कर सकदे हो जी 36 साल हो चुके हैं जी मतलब 36 साल हो चुके हैं लेकिन हाले तक भी सिखां नूं इंसाफ नहीं मिलिया जेड़ी भी सरकार रही है पर जेड़े कि ना इलेक्शन दे विच इस मुद्दे नूं लेके आए ना लेकिन उस तो बाद फिर पीछे कर देता है की कहना चाहते हो देखो जी मैं तो यही मैं पहले भी कह के हटी हाँ कि चौरासी के मुद्दे नूं सिर्फ चौरासी इलेक्शन भी याद किया जाता पर अज असी इत्थे खड़े हैं इस पवित्र धरती के उपर असी एक पूरे पंजाब के अहदेदारां दी मीटिंग बुला के ये तहिया करांगे कि आने वाली इलैक्शन के विच जिहड़ी कोई पार्टी साडे नाल तुर के साडे कातलां नूं सजावां दवाएगी साडे जिहड़े बाहर लोग हैगे ना पंजाब विच उजड़ के आए हुए पूरे पंजाब दे विच उन्हां दा मुड़ बसेवा करेगी बेरोजगार बच्चियां नूं नौकरियां दा कोई जरिया बनेगी असी उन्हां दा साथ देवांगे नहीं तो असी बिल्कुल बाइकाट करांगे आने वाली इलैक्शन चाहे मेरा नाम गुरदीप कौर मैं 1984 सिख कतलेआम वेलफेयर सोसाइटी पंजाब की स्त्री विंग की प्रधान है।